राष्ट्रपति डोनाल्ड ट्रंप भारत नूं आर्थिक पद्धर ते वड्डा झटका दे सकदे ने। ट्रंप ने अमरीकी कांग्रेस नूं भारत नाल जीएसपी खत्म करन दे फैसले तों जाणू करवाया है। जीएसपी खत्म होण नाल अमेरिका च भारतीय समान ते मिलण वाली छूट बंद हो जाएगी, जिस करके अमरीकी बाजार च भारतीय समान महंगा हो जाएगा। तुहानूं दस दी कि जीएसपी एक तरह दी कारोबारी संबंधां नूं मजबूत करन वाली योजना है। ਉੱਥੇ ਟਰੰਪ ਨੇ ਕਿਹਾ ਹੈ ਕਿ ਭਾਰਤ ਨਾਲ ਵਪਾਰ ਚ 5.6 ਬਿਲੀਅਨ ਯੂਐਸ ਡਾਲਰ ਤੇ ਦਰਾਮਦ ਤੇ ਟੈਰਿਫ ਫ੍ਰੀ ਸੁਵਿਧਾ ਨੂੰ ਖਤਮ ਕਰਨਾ ਚਾਹੁੰਦਾ ਹੈ। 1970 ਚ ਬਣੀ ਜੀਐਸਪੀ ਯੋਜਨਾ ਤਹਿਤ ਇਸ ਦਾ ਲਾਭ ਹਾਸਲ ਕਰਨ ਵਾਲਾ ਭਾਰਤੀ ਦੇਸ਼ ਸਭ ਤੋਂ ਵੱਡਾ ਦੇਸ਼ ਹੈ। ਦੱਸ ਦਈਏ ਕਿ ਟਰੰਪ ਨੇ ਇਹ ਵੀ ਕਿਹਾ ਹੈ ਕਿ ਵਿਕਸਿਤ ਦੇਸ਼ਾਂ ਦੇ ਆਧਾਰ ਤੇ ਭਾਰਤ ਨੂੰ ਹਾਸਲ ਜੀਐਸਪੀ ਸੁਵਿਧਾ ਨੂੰ ਖਤਮ ਕਰਨ ਦੀ ਸੂਚਨਾ ਦੇ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਮੈਂ ਇਹ ਕਦਮ ਇਸ ਲਈ ਚੁੱਕ ਰਿਹਾ ਹਾਂ ਕਿਉਂਕਿ ਅਮਰੀਕਾ ਤੇ ਭਾਰਤ ਚ ਮਜ਼ਬੂਤ ਸੰਬੰਧਾਂ ਦੇ ਬਾਵਜੂਦ ਅਮਰੀਕਾ ਨੇ ਭਾਰਤ ਨੂੰ ਇਹ ਯਕੀਨ ਨਹੀਂ ਦਿੱਤਾ ਕਿ ਉਹ ਆਪਣੇ ਬਾਜ਼ਾਰ ਚ ਉਸ ਨੂੰ ਸਹੀ ਥਾਂ ਪ੍ਰਦਾਨ ਕਰੇਗਾ ਜਾਂ ਨਹੀਂ। ਟਰੰਪ ਨੇ ਉਦਾਹਰਣ ਦਿੰਦੇ ਹੋਏ ਕਿਹਾ ਹੈ ਕਿ ਅਮਰੀਕਾ ਤੋਂ ਜਾਣ ਵਾਲੀ ਇੱਕ ਬਾਈਕ ਉੱਤੇ ਭਾਰਤ 100% ਟੈਕਸ ਵਸੂਲਦਾ ਹੈ, ਜਦਕਿ ਅਮਰੀਕਾ ਤੋਂ ਆਉਣ ਵਾਲੇ ਇਸ ਤਰ੍ਹਾਂ ਦੇ ਸਮਾਨ ਤੇ ਅਮਰੀਕਾ ਕੋਈ ਟੈਕਸ ਨਹੀਂ ਵਸੂਲਦਾ। ਸਿਮਰਨ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ ਐਨਆਰਆਈ।